ਜਿਹੜਾ ਹੁਣ ਮੌਜੂਦ ਹੈ ਉਹ ਡੁਪਲੀਕੇਟ ਹੈ। ਹਾਂਜੀ ਡੁਪਲੀਕੇਟ ਇਹ ਲੋਹੇ ਦਾ ਜੀ, ਉਹ ਜਿਹੜਾ ਪੁਰਾਣਾ ਸੀਗਾ ਲੰਬੇ ਸਮੇਂ ਤੋਂ ਲੱਗਿਆ ਹੋਇਆ ਉਹ ਅੱਠ ਧਾਤੂ ਦਾ ਜੀ, ਨਿਸ਼ਾਨ ਸਾਹਿਬ ਅੱਠ ਧਾਤਾਂ ਦਾ ਬਣਾਇਆ ਸੀਗਾ ਜੀ। ਅੱਛਾ ਜੀ, ਇਹਦੀ ਕੀਮਤ ਕਿ ਖਰਬਾਂ ਰੁਪਈਆ ਸੀਗੀ। ਇਹ ਸਤਲੁਜ ਦਰਿਆ, ਇਸ ਦਰਿਆ ਤੋਂ ਪਾਰ ਕਰਕੇ ਜਿਹੜਾ ਅੰਗਰੇਜ਼ਾਂ ਦਾ ਰਾਜ ਸ਼ੁਰੂ ਹੋ ਜਾਂਦਾ ਸੀ, ਔਰ ਇਸ ਦਰਿਆ ਦੀ ਜਿਸ ਹੱਦ 'ਚ ਅਸੀਂ ਖੜ੍ਹੇ ਹਾਂ, ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੀ ਖਾਲਸਾ ਦਾ ਰਾਜ ਸ਼ੁਰੂ ਹੁੰਦਾ ਸੀ, ਉਹ ਸਾਹਮਣੇ ਝੰਡਾ ਝੂਲ ਲਿਆ। ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ। ਇਹ ਜਿਹੜਾ ਨਿਸ਼ਾਨ ਸਾਹਿਬ ਅੱਜ ਹੈਗਾ ਜੀ ਲੱਗਿਆ ਹੋਇਆ, ਇਹ ਸਵਰਾਜ ਮਗਧਾ ਫੈਕਟਰੀ ਜੋ ਹੈਗੀ ਆ, ਵਿਦੇਸ਼ੀ ਫੈਕਟਰੀ ਹੈਗੀ ਆ, ਇਸਦੇ ਕਬਜ਼ੇ ਦੇ ਵਿੱਚ ਹੈਗਾ ਹੈ। ਇਹ ਨਿਸ਼ਾਨ ਸਾਹਿਬ ਨੂੰ ਜੀ ਕਬਜ਼ਾ ਮੁਕਤ ਕਰਾਉਣਾ ਚਾਹੀਦਾ ਹੈ। ਸਾਨੂੰ ਇਹ ਮਹਿਸੂਸ ਹੁੰਦਾ ਵੀ ਇਹ ਅਸੀਂ ਵੀ ਮਤਲਬ ਗੁਲਾਮੀ ਹੈਗੀ ਸਾਡੀ, ਆਪਣੇ ਖਾਲਸੇ ਦੇ ਨਿਸ਼ਾਨਾਂ ਤੋਂ ਸਾਰੀਆਂ ਯਾਦਗਾਰਾਂ ਦੇਖਣ ਵਾਸਤੇ, ਆਪਣੇ ਖਾਲਸੇ ਦੀ ਯਾਦਗਾਰਾਂ ਦੇਖਣ ਵਾਸਤੇ ਸਾਨੂੰ ਕਿਸੇ ਦੀ ਪਰਮਿਸ਼ਨ ਲੈ ਕੇ ਸਾਨੂੰ ਆਉਣਾ ਪੈਂਦਾ, ਅਸੀਂ ਗੁਲਾਮੀ ਮਹਿਸੂਸ ਕਰਦੇ। ਇਹ ਦੇਖੋ ਅੱਗੇ ਉਹ ਬਜ਼ੁਰਗ ਜਿਹੜੇ ਸਾਨੂੰ ਗਾਈਡ ਕਰ ਰਹੇ ਆ, ਉਹਨਾਂ ਨੂੰ ਜਾਣ ਤੋਂ ਪਹਿਲਾਂ ਐਂਟਰੀ ਕਰਵਾਈ ਜਾਂਦੀ ਹੈ, ਔਰ ਐਂਟਰੀ ਕਰਵਾ ਕੇ ਹੀ ਜਾਣ ਦਿੱਤਾ ਜਾਂਦਾ। ਕੋਸ਼ਿਸ਼ ਕਰੂੰਗੀ, ਕੰਪਨੀ ਦੇ ਖਿਲਾਫ਼ ਕੋਈ ਕਾਰਵਾਈ ਕਰੂੰਗੀ ਜਿਹੜੀ ਇੱਦਾਂ, ਜਿਹੜਾ ਨਿਸ਼ਾਨ ਸਾਹਿਬ ਜਿਹੜਾ ਤੁਸੀਂ ਦੱਸਿਆ ਵੀ ਅੱਠ ਧਾਤੂਆਂ ਦਾ ਨਿਸ਼ਾਨ ਸਾਹਿਬ ਜਿਹੜੀ ਵੀ ਸੀ, ਇਹੀ ਨਿਸ਼ਾਨ ਸਾਹਿਬ ਦਾ ਜਿਹੜਾ ਰੋਪੜ ਦੇ ਵਿੱਚ ਲੱਗਿਆ ਹੋਇਆ ਸਰਕਾਰੀ ਖਾਲਸਾ ਦਾ, 8-7 8 ਵਾਰਾਂ ਇਹੀ ਨਿਸ਼ਾਨ ਦੇ ਝੰਡੇ ਥੱਲੇ ਇਹੀ ਦਿੱਲੀ ਜਿੱਤ ਕੇ ਉਹੀ ਹਿੰਦੂਆਂ ਨੂੰ ਸੌਂਪਤੀ, ਅੱਜ ਉਹੀ ਲੋਕ ਇਹਨੂੰ ਖਾਲਿਸਤਾਨ ਦਾ ਨਿਸ਼ਾਨ ਕਹਿੰਦੇ ਆ। ਦੋਸਤੋ, ਅਸੀਂ ਸਿੱਖ ਰਾਜ ਖਾਲਸਾ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਮੌਜੂਦ ਸੀ, ਉਸ ਵਿਰਾਸਤ ਵਾਲੀ ਥਾਂ 'ਤੇ ਪਹੁੰਚ ਗਏ ਹਾਂ। ਸੰਧੀ ਹੋਈ 1809 ਈਸਵੀ ਦੇ ਵਿੱਚ, ਜਿਹੜੀ ਸੰਧੀ ਹੁੰਦੀ ਆ ਲਾਹੌਰ ਅੰਮ੍ਰਿਤਸਰ ਸੰਧੀ, ਜੋ 1809 ਈਸਵੀ 'ਚ ਅੰਮ੍ਰਿਤਸਰ ਸੰਧੀ ਹੁੰਦੀ ਆ, ਉਸ ਸੰਧੀ ਦੇ ਵਿੱਚ ਇਹ ਸ਼ਰਤਾਂ ਤੈਅ ਹੋ ਜਾਂਦੀਆਂ ਨੇ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਇਸ ਸਤਲੁਜ ਦਰਿਆ, ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਸ ਸਤਲੁਜ ਦਰਿਆ ਤੋਂ ਪਾਰ ਅੰਗਰੇਜ਼ਾਂ ਦਾ ਰਾਜ ਸ਼ੁਰੂ ਹੋ ਜਾਂਦਾ, ਕਿਉਂਕਿ ਇਸ ਦਰਿਆ ਤੋਂ ਅਗਲੇ ਪਾਸੇ ਮਹਾਰਾਜਾ ਪਟਿਆਲਾ, ਜੀਂਦ, ਨਾਭਾ, ਫਰੀਦਕੋਟ ਜਿਹੜੀਆਂ ਰਿਆਸਤਾਂ ਸੀ, ਉਹ ਰਿਆਸਤਾਂ ਵੱਲੋਂ ਨਿੱਕੇ ਨਿੱਕੇ ਛੋਟੇ ਛੋਟੇ ਆਪਣੇ ਰਾਜ ਬਣਾਏ ਹੋਏ ਸੀ। ਜਦੋਂ ਵੱਡੀਆਂ ਦੋ ਤਾਕਤਾਂ ਸੀ, ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਸੀ, ਇੱਕ ਪਾਸੇ ਅੰਗਰੇਜ਼ ਬ੍ਰਿਟਿਸ਼ ਕੰਪਨੀ ਸੀ ਜਿਹੜੀ ਈਸਟ ਇੰਡੀਆ ਕੰਪਨੀ, ਉਹਨਾਂ ਦਾ ਰਾਜ, ਉਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੁੰਦਾ। ਤਾਂ ਮਹਾਰਾਜਾ ਰਣਜੀਤ ਸਿੰਘ ਜਦੋਂ ਮਾਲਵੇ ਦੇ ਦੌਰੇ 'ਤੇ ਜਾਂਦੇ ਆ, ਤਾਂ ਉੱਥੋਂ ਦੇ ਰਾਜੇ ਜਿਹੜੇ ਘਬਰਾ ਕੇ ਜੀਂਦ ਰਿਆਸਤ ਦੇ, ਪਟਿਆਲਾ ਰਿਆਸਤ ਦੇ, ਉਹ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਆ, ਔਰ ਉਹਨਾਂ ਨੂੰ ਰਿਕੁਐਸਟ ਕਰਦੇ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਸਾਨੂੰ ਬਚਾਇਆ ਜਾਵੇ। ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਗਰੇਜ਼ਾਂ ਦੀ ਵਾਰਤਾ ਸ਼ੁਰੂ ਹੁੰਦੀ ਆ, ਕਿਉਂਕਿ ਅੰਗਰੇਜ਼ ਵੀ ਆਪਣੀਆਂ ਵੱਡੀਆਂ ਲਾਲਸਾਵਾਂ ਲੈ ਕੇ ਆਏ ਸੀ, ਅੰਗਰੇਜ਼ ਪੂਰੇ ਹਿੰਦੁਸਤਾਨ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਸੀ। ਹਾਲਾਂਕਿ ਸਿੱਖ ਰਾਜ ਦੀ ਜਿਹੜੀ ਜੜ੍ਹ ਇੰਨੀ ਮਜ਼ਬੂਤ ਸੀ ਕਿ ਸਿੱਧਾ ਹਮਲਾ ਕਰਨਾ ਅੰਗਰੇਜ਼ਾਂ ਲਈ ਬੜਾ ਔਖਾ ਸੀ, ਉਹਨਾਂ ਨੂੰ ਪਤਾ ਸੀ ਵੀ ਜੇ ਸਿੱਧਾ ਹਮਲਾ ਕਰਾਂਗੇ ਤਾਂ ਨੁਕਸਾਨ ਹੋਊਗਾ। ਇਸ ਲਈ ਤਕਰੀਬਨ ਜਿਵੇਂ ਪੂਰੇ ਹਿੰਦੁਸਤਾਨ 'ਤੇ ਜੇ 200 ਸਾਲ ਰਾਜ ਕੀਤਾ, ਤਾਂ ਭਾਰਤ ਦੇ ਉੱਤੇ ਸਿਰਫ 100 ਸਾਲ ਹੀ ਰਾਜ ਕਰ ਪਾਏ ਅੰਗਰੇਜ਼, ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ ਸਨ 1840 ਦੇ ਵਿੱਚ, ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਇੱਥੇ ਸ਼ੁਰੂ ਹੁੰਦਾ। ਤੋ ਉਦੋਂ ਤੱਕ
ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਸਰਹੱਦ ਤੋਂ ਲੈ ਕੇ ਚੱਲਦਾ। ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਖਾਲਸਾ ਦਾ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਹੋਇਆ, ਜਿੱਥੇ ਲਾਰਡ ਵਿਲੀਅਮ ਬੈਂਟਿਕ ਨਾਲ ਮੀਟਿੰਗ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਦੀ। ਮੀਟਿੰਗ ਤੋਂ ਪਹਿਲਾਂ ਇੱਥੇ ਚੌਂਕੀ ਵੀ ਸਥਾਪਿਤ ਕੀਤੀ ਜਾਂਦੀ ਹੈ। ਹਾਲਾਂਕਿ ਇਸ ਥਾਂ ਬਾਰੇ ਚਰਚਾ ਵੀ ਹੈਗੀ ਆ ਕਿ ਸਵਰਾਜ ਮਾਜਦਾ ਕੰਪਨੀ ਨੇ ਇਸ ਥਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ, ਇਹਨੇ ਵੇਚੀ ਇਹਨਾਂ ਨੂੰ, ਕੌਣ ਇਹਦਾ ਮਾਲਕ ਬਣਿਆ, ਇਹ ਵਿਰਾਸਤ ਸੀ ਹੈ ਜਾਂ ਸਰਕਾਰ ਦੀ ਜਾਂ ਨਹੀਂ। ਇੱਕ ਪਾਸੇ ਬੋਰਡ ਲੱਗੇ ਹੋਏ ਆ ਸਰਕਾਰਾਂ ਵੱਲੋਂ ਵਿਰਾਸਤ ਦੇ, ਦੂਜੇ ਪਾਸੇ ਇਹ ਸਵਰਾਜ ਮਾਜਦਾ ਕੰਪਨੀ ਨੂੰ ਇਹ ਜਗ੍ਹਾ ਨੂੰ ਵੇਚ ਦਿੱਤਾ ਜਾਂਦਾ। ਇਹ ਇੱਕ ਅਲੱਗ ਵਿਸ਼ਾ ਹੈ, ਇਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਮੇਨ ਗੱਲ ਇਹ ਹੈ ਕਿ ਇਸ ਵਕਤ ਜਿਹੜੀ ਸਰਹੱਦ 'ਤੇ ਆਪਾਂ ਖੜ੍ਹੇ ਹਾਂ, ਖਾਲਸਾ ਰਾਜ ਦੀ ਸਰਹੱਦ ਦੇ ਉੱਤੇ, ਇਹ ਉਸ ਵਕਤ ਜਦੋਂ ਇਸ ਸਥਿਤੀ ਦੇ ਵਿੱਚ ਹੁੰਦੇ ਆ। ਇੱਕ ਵਾਰ ਸਥਿਤੀ ਇੰਨੀ ਪੈਨਿਕ ਹੋ ਗਈ ਸੀ ਕਿ ਇੱਕ ਪਾਸੇ ਫਲੌਰ ਦੇ ਕਿਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਹਥਿਆਰ ਗੋਲੇ ਬਰੂਦ ਜਮ੍ਹਾਂ ਕਰਨੇ ਸ਼ੁਰੂ ਕਰਤੇ, ਦੂਜੇ ਪਾਸੇ ਅੰਗਰੇਜ਼ਾਂ ਵੱਲੋਂ ਵੀ ਫੌਜਾਂ ਚਾੜ੍ਹ ਦਿੱਤੀਆਂ ਜਾਂਦੇ ਨੇ। ਸਤਲੁਜ ਦਰਿਆ ਦੇ ਪਰਲੇ ਪਾਸੇ ਅੰਗਰੇਜ਼ਾਂ ਦੀ ਫੌਜ ਬੈਠ ਜਾਂਦੀ ਆ ਆ ਕੇ। ਇੱਧਰੋਂ ਮੁੱਖ ਪੰਚਾਇਤ ਦੀ ਅਗਵਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਭੇਜਦੇ ਆ ਆਪਣੀ ਫੌਜ ਨੂੰ, ਅਤੇ ਕਈ ਮਹੀਨੇ ਫੌਜਾਂ ਆਹਮੋ ਸਾਹਮਣੇ ਡਟੀਆਂ ਰਹਿੰਦੀਆਂ ਨੇ, ਕੋਈ ਵੀ ਇੱਕ ਦੂਜੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਫਕੀਰ ਅਜੀਜ਼ੁਦੀਨ ਜੋ ਮੁੱਖ ਮੰਤਰੀ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ, ਉਹ ਸਲਾਹ ਦਿੰਦੇ ਆ ਕਿ ਨਹੀਂ, ਆਪਾਂ ਨੂੰ ਜੇ ਅੱਗੇ ਵੱਧਦੇ ਹਾਂ ਤਾਂ ਨੁਕਸਾਨ ਹੋਊਗਾ। ਮਹਾਰਾਜਾ ਰਣਜੀਤ ਸਿੰਘ ਜੀ ਅੱਗੇ ਵਧਣਾ ਚਾਹੁੰਦੇ ਵੀ ਸੀ, ਇੱਥੋਂ ਤੱਕ ਕਿ ਵੱਡੇ ਜਿਹੜੇ ਹੋਰ ਹਰੀ ਸਿੰਘ ਨਲੂਏ ਵਰਗੇ ਸੀ, ਦੀਵਾਨ ਮੁਹਕਮ ਚੰਦ ਵਰਗੇ ਜਰਨੈਲ ਸੀ ਰਣਜੀਤ ਸਿੰਘ ਦੇ, ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਅਸੀਂ ਜੰਗ ਲੜੀਏ ਅਤੇ ਅੰਗਰੇਜ਼ਾਂ ਨੂੰ ਹਰਾ ਦਈਏ। ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਜਾਂ ਮਹਾਰਾਜਾ ਦੀ ਕੂਟਨੀਤੀ ਕਹਿ ਲਈਏ ਕਿ ਮਹਾਰਾਜਾ ਨੇ ਸੋਚਿਆ ਕਿ ਜੇ ਇਸ ਪਾਸਿਓਂ ਸਰਹੱਦ ਸੁਰੱਖਿਅਤ ਹੋ ਜਾਂਦੀ ਆ ਤਾਂ ਅਫਗਾਨਿਸਤਾਨ ਤੱਕ ਅਸੀਂ ਜਿੱਤਾਂ ਪ੍ਰਾਪਤ ਕਰ ਸਕਦੇ ਹਾਂ। ਇਸ ਕੂਟਨੀਤੀ ਨੂੰ ਸਮਝਦੇ ਹੋਏ ਉਹਨਾਂ ਨੇ ਇਹ ਸਮਝੌਤਾ ਕਰਨਾ ਸਹੀ ਸਮਝਿਆ, ਉਸ ਵਕਤ ਅੰਗਰੇਜ਼ਾਂ ਨਾਲ ਲੜਾਈ ਲੜਨੀ ਸਹੀ ਨਹੀਂ ਸਮਝੀ। ਹਾਲਾਂਕਿ ਉਸ ਵਕਤ ਹਾਲਾਤ ਸੀ, ਅਲੱਗ ਅਲੱਗ ਵਿਦਵਾਨਾਂ ਦੇ ਅਲੱਗ ਅਲੱਗ ਵਿਚਾਰ ਨੇ। ਉਸ ਹਿਸਟੋਰੀਅਨ ਇਹ ਕਹਿੰਦੇ ਆ ਵੀ ਜਦੋਂ ਇੱਕ ਪਾਸੇ ਹੋਲਕਰ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦਾ ਮਦਦ ਲਈ ਅੰਗਰੇਜ਼ਾਂ ਦੇ ਖਿਲਾਫ਼ ਇਕਜੁੱਟ ਹੋਣ ਲਈ, ਇੱਕ ਪਾਸੇ ਅੰਗਰੇਜ਼ ਸਤਲੁਜ ਦਰਿਆ ਪਾਰ ਕਰਨਾ ਚਾਹੁੰਦੇ ਆ, ਇੱਛਾਵਾਂ ਰੱਖਦੇ ਆ ਆਪਦੇ ਰਾਜ ਨੂੰ ਅੱਗੇ ਵਧਾਉਣ ਲਈ, ਤਾਂ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਅੰਗਰੇਜ਼ ਮੇਰੇ ਰਾਜ ਦੇ ਵਿੱਚ ਹਸਤਾਖੇਪ ਕਰਨਗੇ, ਇੱਥੇ ਅਟੈਕ ਕਰਨਗੇ। ਇਸ ਲਈ ਜੇ ਉਸੇ ਵਕਤ ਸਮਾਂ ਸੰਭਾਲਿਆ ਜਾਂਦਾ, ਹਿੰਦੁਸਤਾਨ ਦਾ ਨਕਸ਼ਾ ਅੱਜ ਕੋਈ ਹੋਰ ਹੁੰਦਾ, ਅੱਜ ਹਿੰਦੁਸਤਾਨ ਦੀ ਦਸ਼ਾ ਅਤੇ ਦਿਸ਼ਾ ਕੋਈ ਹੋਰ ਹੁੰਦੀ, ਸ਼ਾਇਦ ਅੰਗਰੇਜ਼ 100 ਸਾਲ ਪਹਿਲਾਂ ਹੀ ਇੱਥੋਂ ਹਾਰ ਕੇ ਭਾਰਤ ਨੂੰ ਛੱਡ ਕੇ ਚਲੇ ਜਾਂਦੇ। ਪਰ ਸ਼ਾਇਦ ਅਲੱਗ ਅਲੱਗ ਹਿਸਟੋਰੀਅਨ ਦੇ ਅਲੱਗ ਅਲੱਗ ਵਿਚਾਰ ਹੈਗੇ ਆ ਇਸ ਮਸਲੇ ਦੇ। ਸੱਚ ਕੀ ਆ ਕਿ ਉਹ ਹਾਲਾਤ ਨੇ ਜਿਹੜੇ, ਕਿਉਂਕਿ ਕੁਦਰਤ ਦਾ ਕੋਈ ਬਲੂ ਪ੍ਰਿੰਟ ਨਹੀਂ ਹੁੰਦਾ, ਫਿਊਚਰ ਦਾ ਕੋਈ ਬਲੂ ਪ੍ਰਿੰਟ ਨਹੀਂ ਹੁੰਦਾ, ਕੁਛ ਵੀ ਹੋ ਸਕਦਾ ਸੀ ਜੇ ਵੱਡੀ ਲੜਾਈ ਹੁੰਦੀ ਤਾਂ 100 ਸਾਲ ਪਹਿਲਾਂ ਹੀ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ 1840 ਦੇ ਵਿੱਚ ਕਬਜਾਉਂਦੇ ਆ, ਉਹ ਕਿਤੇ ਪਹਿਲਾਂ ਹੀ 1801 ਦੇ ਵਿੱਚ ਹੀ ਕਬਜਾ ਲੈਂਦੇ। ਅੱਜ ਜਿਹੜੀ ਇਤਿਹਾਸਕ ਥਾਂ 'ਤੇ ਤੁਹਾਨੂੰ ਲੈ ਕੇ ਆਏ ਹਾਂ, ਇਹ ਉਹੀ ਇਤਿਹਾਸਕ ਥਾਂ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਚੌਂਕੀ ਸਥਾਪਿਤ ਕੀਤੀ ਜਾਂਦੀ ਹੈ। ਇਸ ਝੰਡੇ ਦੇ ਇੱਕ ਪਾਸੇ ਉਰਦੂ ਦੇ ਵਿੱਚ ਲਿਖਿਆ ਹੋਇਆ ਅਤੇ ਦੂਜੇ ਪਾਸੇ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ, ਥੱਲੇ ਬੋਰਡ ਵੀ ਲੱਗਿਆ ਹੋਇਆ। ਥੋੜ੍ਹੀ ਜਿਹੀ ਜਾਣਕਾਰੀ ਵੀ ਇਸ ਬੋਰਡ ਦੇ ਉੱਤੇ ਦਿੱਤੀ ਗਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਆਸੋਂ ਪਿੰਡ ਦੀ ਇਸ ਪਹਾੜੀ 'ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰੀ ਖਾਲਸਾ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ। 1849 ਵਿੱਚ ਪੰਜਾਬ 'ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾ ਦਿੱਤੀ ਗਈ, ਪਰ ਝੰਡੇ ਦਾ ਖੰਭਾ ਅਸ਼ਟ ਧਾਤੂ ਦਾ ਹੋਣ ਕਰਕੇ ਬਚ ਗਿਆ। ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ
ਆਜ਼ਾਦੀ ਦੇ ਝੰਡੇ ਨੂੰ ਮੁੜ ਲਹਿਰਾਉਣ ਦਾ ਪ੍ਰਣ ਕਰਦੇ ਰਹੇ। ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉੱਪਰ ਹੇਠਲੀਆਂ ਸਤਰਾਂ ਲਿਖੀਆਂ, ਜਾਂ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਸਰਦਾਰ ਕੀ, ਵਤਨ ਪੇ ਲੁਟੇ ਹੋਏ ਰਣਜੀਤ ਸਿੰਘ ਸਰਦਾਰ ਕੀ। ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ। ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਨੀਤੀ 15 ਜੂਨ 2003 ਦਾ ਇਹ ਲੱਗਿਆ ਹੋਇਆ। ਅਕਾਲ ਸਹਾਇ ਸਰਕਾਰ ਏ ਖਾਲਸਾ ਦਾ ਬੋਰਡ ਪੰਜਾਬੀ 'ਚ ਇੱਕ ਪਾਸੇ ਲੱਗਿਆ ਹੋਇਆ। ਸਾਡੇ ਨਾਲ ਭੁਪਿੰਦਰ ਸਿੰਘ ਜੀ ਨੇ, ਜਿਹੜੇ ਇਤਿਹਾਸਕ ਥਾਵਾਂ ਨੂੰ ਸਾਂਭਣ ਲਈ ਕਾਫੀ ਹੱਦ ਤੱਕ ਯਤਨਸ਼ੀਲ ਰਹਿੰਦੇ ਆ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਕੰਮ ਕਰਦੇ ਆ, ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਭੁਪਿੰਦਰ। ਭੁਪਿੰਦਰ ਸਿੰਘ ਜੀ, ਇਸ ਇਮਾਰਤ ਬਾਰੇ ਆਪਾਂ ਗੱਲ ਕਰ ਰਹੇ ਹਾਂ। ਹਾਂਜੀ, ਕਿ ਝੰਡੇ ਦੀ ਨਿਸ਼ਾਨੀ ਜਿਹੜੀ ਬਣੀ ਹੋਈ ਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਨਿਸ਼ਾਨੀ ਬਣੀ ਹੋਈ ਆ। ਹਾਂਜੀ ਹਾਂਜੀ, ਅਸੀਂ ਨਿਕਲ ਕੇ ਆਏ ਹਾਂ ਸਵਰਾਜ ਮਾਜਦਾ ਕੰਪਨੀ ਦਾ ਦਰਵਾਜ਼ਾ ਗੇਟ, ਉੱਥੋਂ 2-3 ਥਾਂ 'ਤੇ ਪਰਚੀਆਂ ਲੱਗਦੀਆਂ ਨੇਗੀਆਂ। ਹਾਂਜੀ ਹਾਂਜੀ, ਲਿਖਿਆ ਜਾਂਦਾ, ਸਿਕਿਉਰਿਟੀ ਵਾਲੇ ਚੈਕਿੰਗ ਕਰਦੇ ਆ, ਤੁਹਾਡਾ ਨੋਟ ਕਰਦੇ ਆ। ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਰੋਪੜ ਦੇ ਸਤਲੁਜ ਦੇ ਕਿਨਾਰੇ ਜੋ ਉੱਚੀ ਪਹਾੜੀ 'ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨ ਸਾਹਿਬ ਤੋਂ ਦਰਿਆ ਹੈਗਾ, ਇਹ ਸਿੱਖ ਰਾਜ ਦੀ ਨਿਸ਼ਾਨੀ ਹੈਗੀ ਆ। ਜਦੋਂ ਆਪਣਾ ਪੁਰਾਣੇ ਸਮੇਂ ਦੇ ਵਿੱਚ ਲੰਬਾ ਸਮਾਂ ਸਿੱਖ ਰਾਜ ਰਿਹਾ, ਆਪਣਾ ਖਾਲਸਾ ਰਾਜ ਰਿਹਾ, ਸਰਕਾਰ ਏ ਖਾਲਸਾ, ਤਾਂ ਹਿੰਦੁਸਤਾਨ 'ਤੇ 300 ਸਾਲ ਰਾਜ ਕੀਤਾ ਅੰਗਰੇਜ਼ਾਂ ਨੇ। ਪੰਜਾਬ ਦੇਸ਼ ਦੇ ਉੱਪਰ ਸਿਰਫ 100 ਸਾਲ ਰਾਜ ਹੋਇਆ, ਮਹਾਰਾਜਾ ਰਣਜੀਤ ਸਿੰਘ ਤੋਂ ਮਰਨ ਤੋਂ ਬਾਅਦ ਕਬਜ਼ੇ ਵਿੱਚ ਕੀਤਾ ਅੰਗਰੇਜ਼ਾਂ ਨੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਂਦੇ ਜੀ ਪੰਜਾਬ ਦੇਸ਼ ਦੇ ਵਿੱਚ ਅੰਗਰੇਜ਼ਾਂ ਨੂੰ ਨੇੜੇ ਨਹੀਂ ਫਰਕ ਨਹੀਂ ਦਿੱਤਾ, ਤਾਂ ਅੰਗਰੇਜ਼ਾਂ ਨੇ ਉਸ ਤੋਂ ਮਰਨ ਤੋਂ ਬਾਅਦ ਕਬਜ਼ੇ ਕੀਤੇ ਹੈਗੇ ਆ ਜੀ। ਤਾਂ ਜੋ ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨ ਸਾਹਿਬ ਲੱਗਿਆ ਜਿੱਥੇ ਸੰਧੀ ਹੋਈ ਸੀਗੀ, ਇਹ ਪਿਛਲੇ ਪਾਸੇ ਜਿੱਥੇ ਫੈਕਟਰੀ ਬਣੀ ਹੋਈ ਆ, ਉੱਥੇ ਨਿਸ਼ਾਨ ਸਾਹਿਬ ਲੱਗਿਆ ਸੀਗਾ। 8 ਧਾਤੂ ਨਿਸ਼ਾਨ ਸਾਹਿਬ ਸੀਗਾ, ਜਿਹਦੀ ਕੀਮਤ ਅਰਬਾਂ ਖਰਬਾਂ ਰੁਪਏ ਦੀ ਕੀਮਤ ਸੀਗੀ। 8 ਧਾਤੂ, ਸੋਨਾ ਚਾਂਦੀ ਵਿੱਚ 12, ਸਾਰਾ 8 ਧਾਤਾਂ ਦਾ ਬਣਾਇਆ ਸੀਗਾ ਤੇ ਬਹੁਤ ਭਾਰੀ ਸੀਗਾ ਤੇ ਬਹੁਤ ਮੋਟਾ ਨਿਸ਼ਾਨ ਸੀਗਾ, ਨਿਸ਼ਾਨ ਸਾਹਿਬ ਸੀਗਾ, ਉਹਦੀ ਕੀਮਤ ਬਹੁਤ ਸੀ। ਜਦੋਂ ਇਹਨਾਂ ਨੇ ਉਹ ਨਿਸ਼ਾਨ ਸਾਹਿਬ ਉਹ ਪਹਾੜੀ 'ਤੇ ਲੱਗਿਆ ਹੋਇਆ ਸੀਗਾ, ਪਿੱਛੇ ਜਿੱਥੇ ਫੈਕਟਰੀ ਬਣੀ ਹੋਈ ਆ ਉੱਥੇ ਇੱਕ ਪਹਾੜੀ ਸੀਗੀ, ਉਹ ਪਹਾੜੀ ਢਾਹ ਕੇ ਉਹ ਨਿਸ਼ਾਨ ਸਾਹਿਬ 8 ਧਾਤੂ ਗਾਇਬ ਕਰਤਾ ਤੇ ਇਹ ਨਿਸ਼ਾਨ ਸਾਹਿਬ ਅਗਲੀ ਪਹਾੜੀ 'ਤੇ ਕਰ ਦਿੱਤਾ। ਅੱਛਾ, ਇਹ ਜਿਹੜਾ ਤੁਸੀਂ ਨਿਸ਼ਾਨ ਸਾਹਿਬ ਕਹਿ ਰਹੇ ਹੋ, ਅੱਛਾ ਜਿੱਧਰ ਇੱਧਰ ਸਵਰਾਜ ਮਾਜਦਾ ਦੀ ਫੈਕਟਰੀ ਉਹ ਅੱਗੇ ਲੱਗੀ ਹੋਈ ਆ। ਹਾਂਜੀ ਹਾਂਜੀ, ਇਸ ਫੈਕਟਰੀ ਦੀ ਥਾਂ 'ਤੇ ਉਹ ਪਹਾੜੀ ਸੀ? ਹਾਂਜੀ, ਉੱਚੀ ਜਿਹੀ ਪਹਾੜੀ, ਉੱਥੇ ਇਹ ਨਿਸ਼ਾਨ ਸਾਹਿਬ ਲੱਗਿਆ ਸੀਗਾ। ਉਹ ਪਹਾੜੀ ਢਾਹ ਕੇ ਇਹਨਾਂ ਨੇ ਉੱਥੇ ਫੈਕਟਰੀ ਬਣਾ ਲਈ ਸੀ ਜੀ। ਜੋ 8 ਧਾਤੂ ਨਿਸ਼ਾਨ ਸਾਹਿਬ ਦਾ ਉਹ ਗਾਇਬ ਕਰਤਾ, ਇਹ ਡੁਪਲੀਕੇਟ ਲਾ ਦਿੱਤਾ। ਅੱਛਾ, ਜਿਹੜਾ ਹੁਣ ਮੌਜੂਦ ਹੈ, ਹਾਂਜੀ ਉਹ ਡੁਪਲੀਕੇਟ ਹੈ? ਹਾਂਜੀ, ਡੁਪਲੀਕੇਟ ਲੋਹੇ ਦਾ ਜੀ, ਉਹ ਜਿਹੜਾ ਪੁਰਾਣਾ ਸੀਗਾ ਲੰਬੇ ਸਮੇਂ 'ਚ ਲੱਗਿਆ ਹੋਇਆ, ਉਹ 8 ਧਾਤੂ ਦਾ ਜੀ ਨਿਸ਼ਾਨ ਸਾਹਿਬ, 8 ਧਾਤਾਂ ਦਾ ਬਣਾਇਆ ਸੀਗਾ ਜੀ। ਅੱਛਾ, ਇਹਦੀ ਕੀਮਤ ਕਿ ਖਰਬਾਂ ਰੁਪਈਆ ਸੀਗੀ ਜੀ। ਹਾਂਜੀ, ਅੱਜ ਟਾਈਮ ਦੇ ਵਿੱਚ ਤਾਂ ਉਹ ਕਾਰੀਗਰ ਉਹ ਰਹੇ ਨਹੀਂ ਹੈਗੇ ਬਣਾਉਣ ਵਾਲੇ 8 ਧਾਤੂ ਨਿਸ਼ਾਨ ਸਾਹਿਬ ਜੀ, ਨਾ ਪਤਾ ਕਿਸ ਤਰ੍ਹਾਂ ਬਣਦਾ, ਉਹ ਪੁਰਾਣੇ ਸਮੇਂ ਵਿੱਚ ਸੀਗੇ ਕਾਰੀਗਰ ਜੀ। ਤੇ ਉਹ ਨਿਸ਼ਾਨ ਸਾਹਿਬ ਇਹਨਾਂ ਨੇ ਗਾਇਬ ਕਰਤਾ ਜੀ। ਅਸੀਂ ਇਹ ਜਿਹੜਾ ਨਿਸ਼ਾਨ ਸਾਹਿਬ ਅੱਜ ਹੈਗਾ ਜੀ ਲੱਗਿਆ ਹੋਇਆ, ਇਹ ਸਵਰਾਜ ਮਗਦਾ ਫੈਕਟਰੀ ਜੋ ਹੈਗੀ ਆ, ਵਿਦੇਸ਼ੀ ਫੈਕਟਰੀ ਹੈਗੀ ਆ, ਇਸਦੇ ਕਬਜ਼ੇ ਦੇ ਵਿੱਚ ਹੈਗਾ ਹੈ। ਇਹ ਨਿਸ਼ਾਨ ਸਾਹਿਬ ਨੂੰ ਜੀ ਕਬਜ਼ਾ ਮੁਕਤ ਕਰਾਉਣਾ ਚਾਹੀਦਾ ਹੈ, ਜੋ ਕਿ ਇਹ ਉੱਚੀ ਪਹਾੜੀ 'ਤੇ ਲੱਗਿਆ ਹੋਇਆ, ਮਿੱਟੀ ਖੁਰ ਖੁਰ ਕੇ ਥੱਲੇ ਗਿਰ ਰਹੀ ਹੈਗੀ ਆ, ਇਹਨੂੰ ਆਲੇ ਦੁਆਲੇ ਦੇ ਇਹਦੀ ਬਾਉਂਡਰੀ ਕਰਵਾ ਕੇ, ਚੰਗੀ ਤਰ੍ਹਾਂ ਇਹਦੀ ਮੁਰੰਮਤ ਕਰਵਾ ਕੇ, ਸੰਗਤਾਂ ਵਾਸਤੇ ਫੈਕਟਰੀ ਦੇ ਬਾਹਰ ਦੇ ਰਸਤਾ ਚੜ੍ਹਨਾ, ਪੌੜੀਆਂ ਚੜ੍ਹਨੀ ਚਾਹੀਦੀਆਂ, ਤਾਂ ਕਿ ਜੋ ਫੈਕਟਰੀ ਦੇ ਵਿੱਚ ਆ ਕੇ ਆਪਣਾ ਡਰੈਸ ਦੇਣਾ ਪੈਂਦਾ, ਆਪਣੇ ਆਈਡੀ ਪਰੂਫ ਦੇਣੇ ਪੈਂਦੇ, ਆਪਣਾ ਡਰੈਸ ਮੋਬਾਈਲ ਨੰਬਰ ਦੇਣਾ ਪੈਂਦਾ ਹੈ, ਗੱਡੀ ਦਾ ਜਾਂ ਮੋਟਰਸਾਈਕਲ ਦਾ ਨੰਬਰ ਲਿਖਦੇ ਹੈਗੇ ਆ, ਤੇ ਇੰਨੀਆਂ ਫਾਰਮੈਲਿਟੀਆਂ ਪੂਰੀਆਂ ਕਰਨ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੁੰਦਾ ਵੀ ਇਹ ਅਸੀਂ ਵੀ ਮਤਲਬ ਗੁਲਾਮੀ ਹੈਗੀ ਸਾਡੀ, ਆਪਣੇ ਖਾਲਸੇ ਦੇ ਨਿਸ਼ਾਨਾਂ ਗੁਰੂ ਸਾਹਿਬ ਦੀਆਂ ਯਾਦਗਾਰਾਂ ਦੇਖਣ ਵਾਸਤੇ, ਆਪਣੇ ਖਾਲਸੇ ਦੀ ਯਾਦਗਾਰਾਂ ਦੇਖਣ ਵਾਸਤੇ ਸਾਨੂੰ ਕਿਸੇ ਦੀ ਪਰਮਿਸ਼ਨ ਲੈ ਕੇ ਸਾਨੂੰ ਆਉਣਾ ਪੈਂਦਾ, ਅਸੀਂ ਗੁਲਾਮੀ ਮਹਿਸੂਸ ਕਰਦੇ ਹਾਂ। ਤਾਂ ਇਹ ਨਿਸ਼ਾਨ ਸਾਹਿਬ ਕਬਜ਼ਾ ਮੁਕਤ ਹੋਣਾ ਚਾਹੀਦਾ,
ਜੋ ਅੱਠ ਧਾਤੂ ਨਿਸ਼ਾਨ ਸਾਹਿਬ ਇਹਨਾਂ ਨੇ ਗਾਇਬ ਕੀਤਾ ਹੈ, ਉਹ ਵੀ ਸਿੱਖ ਕੌਮ ਦੇ ਹਵਾਲੇ ਕਰਨਾ ਚਾਹੀਦਾ ਇਹਨਾਂ ਨੂੰ। ਜਿਹੜੇ ਤੁਸੀਂ ਮੁੱਦੇ ਉਠਾ ਰਹੇ ਹੋ, ਇਹ ਮੁੱਦੇ ਕਿਸੇ ਸਿੱਖ ਆਗੂ ਨੇ, ਜਿਵੇਂ ਪਿੱਛੇ ਜੀ ਅੰਮ੍ਰਿਤਪਾਲ ਜਿਹੜਾ ਨੌਜਵਾਨ ਹੈਗਾ ਉਹ ਵੀ ਇੱਥੇ ਆ ਕੇ ਗਿਆ ਵਾਪਸ ਪੰਜਾਬ ਦਿੱਤੇ, ਤੇ ਹੋਰ ਵੀ ਸਿੱਖ ਆਗੂ ਜਿਹੜੇ ਰਾਜਨੀਤੀ ਕਰਦੇ ਆ, ਕਿਸੇ ਵੱਲੋਂ ਮੁੱਦੇ ਉਠਾਏ ਨੀ ਗਏ ਵੀ ਇਸ ਵਿਰਾਸਤ ਨੂੰ ਕੋਈ ਰਸਤਾ ਹੀ ਨੀ ਜਾਂਦਾ, ਵਿਰਾਸਤ ਬਣੀ ਹੋਈ ਆ, ਰਸਤਾ ਹੈ ਨੀ। ਹਾਂਜੀ, ਉੱਥੇ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਆ ਕੇ ਗਏ ਹੈਗੇ ਆ, ਉਹਨਾਂ ਨੇ ਦੇਖਿਆ ਕਿ ਤੇ ਵਿਦੇਸ਼ੀ ਜੋ ਫੈਕਟਰੀ ਹੈਗੀ ਆ ਇਸਦਾ ਵੀ ਵਿਰੋਧ ਕੀਤਾ ਵੀ ਇਹ ਮਾੜੀ ਗੱਲ ਹੈਗੀ ਆ, ਇਸ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੈਗਾ। ਇੱਥੇ ਕਈ ਜਥੇਬੰਦੀਆਂ ਇੱਥੇ ਆਉਂਦੀਆਂ ਹੈਗੀਆਂ ਹੈ ਤੇ ਪ੍ਰੋਗਰਾਮ ਵੀ ਪਿਛਲੇ ਸਾਲ ਪ੍ਰੋਗਰਾਮ ਕਰਿਆ ਜਥੇਬੰਦੀਆਂ ਨੇ ਰਲ ਕੇ ਉਰੇ, ਮਤਲਬ ਯਾਦਗਾਰ ਤੇ ਆਉਣ ਲਈ ਕੰਪਨੀ ਵੱਲੋਂ ਰੋਕਿਆ ਵੀ ਜਾਂਦਾ ਕਿਸੇ ਨੂੰ? ਬਿਲਕੁਲ ਜੀ, ਮੈਂ ਪਿਛਲੀ ਵਾਰ ਆਇਆ ਜੀ ਇੱਥੇ ਜੀ, ਮੇਰੇ ਗੱਲ 4-5 ਬੰਦੇ ਸੀਗੇ ਜੀ, ਮੈਂ ਇੱਥੇ ਆ ਗਿਆ ਜੀ, ਇੱਥੇ ਆ ਕੇ ਜੀ ਮੇਰੇ ਜੋ ਨਾਲ ਸਿੰਘ ਸੀਗੇ ਉਹਨੇ ਉਰੇ ਆ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜੀ, ਆ ਕੇ ਟਾਈਮ ਲੱਗ ਗਿਆ ਤੇ ਫੈਕਟਰੀ ਦੇ ਚੀਫ ਹੈਗਾ ਇਹਨੇ ਨਵਾਂ ਸ਼ਹਿਰ ਪੁਲਿਸ ਐਸ ਐਸ ਪੀ ਨੂੰ ਫੋਨ ਕੀਤਾ ਵੀ ਫੈਕਟਰੀ ਜਾ ਕੇ ਬੰਦੇ ਫੜ ਗਏ, ਤੇ ਇੱਥੇ ਲਾਗੇ ਚੌਂਕੀ ਹੈ ਜੀ, ਇੱਥੇ ਲਾਗ ਤੋਂ ਇੱਥੇ ਡੀ ਐਸ ਪੀ ਸਾਹਿਬ ਆਏ ਜੀ, ਐਸ ਐਚ ਓ ਸਾਹਿਬ ਆਏ, ਤੇ 2 ਏਐਸ ਆਈ ਆਏ ਜੀ, 5-6 ਪੁਲਿਸ ਵਾਲੇ ਆਏ ਸਾਡੇ ਕੋਲ ਆ ਕੇ ਜੀ ਉਰੇ, ਸਾਨੂੰ ਕਹਿੰਦੇ ਤੁਸੀਂ ਕੀ ਕਰਨ ਆਏ ਆ, ਤੇ ਅਸੀਂ ਉਹਨਾਂ ਦੀ ਬੜੀ ਕੀਤੀ ਹੈਗੀ, ਅਸੀਂ ਕਿਹਾ ਵੀ ਅਸੀਂ ਆਪਣੇ ਖਾਲਸੇ ਦੀਆਂ ਨਿਸ਼ਾਨੀਆਂ ਦੇਖਣ ਆਏ ਆ, ਅਸੀਂ ਕਹਾਂ ਪਾਕਿਸਤਾਨ ਤੋਂ ਚੱਲੇ, ਅਸੀਂ ਕਹਾਂ ਕਿ ਸਾਨੂੰ ਜਾਂ ਫੈਕਟਰੀ ਵਾਲਿਆਂ ਦੀ ਜਾਂ ਤੁਹਾਨੂੰ ਸਾਨੂੰ ਸਰਕਾਰ ਦੀ ਪਰਮਿਸ਼ਨ ਲੈਣੀ ਪੈਣੀ ਆ, ਅਸੀਂ ਆਪਣੇ ਪੰਜਾਬ ਦੇ ਵਿੱਚ ਆ, ਅਸੀਂ ਆਪਣੇ ਭਾਰਤ ਵਿੱਚ ਆ, ਆਪਣੇ ਜ਼ਿਲ੍ਹੇ ਦੇ ਵਿੱਚ ਆ, ਰੋਪੜ ਵਿੱਚ ਆ, ਅਸੀਂ ਕਦੇ ਪਰਮਿਸ਼ਨ ਨਹੀਂ ਗਏ ਜੀ, ਅਸੀਂ ਆਪਣੇ ਖਾਲਸੇ ਦੀਆਂ ਉਸ ਯੋਧੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਸਾਨੂੰ ਤਾਜ਼ਾ ਕਰਨ ਆਏ ਆ, ਅਤੇ ਉਹ ਬੜੇ ਸ਼ਰਮਿੰਦਾ ਹੋਏ ਇਸ ਗੱਲ ਨੂੰ, ਕਹਿੰਦੇ ਸਾਨੂੰ ਫੈਕਟਰੀ ਵਾਲਿਆਂ ਨੇ ਫੋਨ ਕਰਿਆ ਵੀ ਸਾਡੀ ਫੈਕਟਰੀ 'ਚ ਆ ਕੇ ਬੰਦੇ ਵੜ ਗਏ, ਤਾਂ ਉਹਨਾਂ ਨੇ ਫੋਟੋ ਖਿੱਚ ਕੇ ਇੱਥੇ ਐਸ ਐਸ ਪੀ ਸਾਹਿਬ ਨੂੰ ਭੇਜੀਆਂ ਜੀ, ਆਪਾਂ ਉਰੇ ਦੇਖਣ ਆਏ ਆ, ਨਿਸ਼ਾਨ ਸਾਹਿਬ ਲੱਗਿਆ ਹੋਇਆ ਉਰੇ, ਆਪ ਰੇਟ ਲੱਗੀ ਹੋਈ ਆ ਉਰੇ ਬੰਦੇ ਦੇਖਣ ਆਏ, ਅਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਨਾ ਉਰੇ, ਤੁਸੀਂ ਜਾ ਕੇ ਪਹਿਲਾਂ ਉੱਥੇ ਵਿਸ਼ਨ ਕਰੋ ਨਵਾਂ ਸ਼ਹਿਰ ਦੇ ਨੂੰ ਵੀ ਇੱਥੇ ਮੰਗ ਪੱਤਰ ਦਿਓ ਉਹਨੂੰ, ਤਾਂ ਉਰੇ ਆ ਇਤਿਹਾਸਿਕ ਥਾਵਾਂ ਨੂੰ ਦੇਖਣ ਲਈ ਵੀ ਅਸੀਂ ਮਜਬੂਰ ਹਾਂ। ਹਾਂਜੀ, ਉਹਨਾਂ ਨੇ ਦੇਖੋ ਜੀ ਅੱਜ ਵੀ ਜੋ ਇੰਗਲਿਸ਼ ਕੰਪਨੀ ਹੈਗੀ ਆ ਇਹ ਅੱਜ ਵੀ ਇਹਨੇ ਸਾਡਾ ਸਰਕਾਰੀ ਖਾਲਸਾ ਦਾ ਨਿਸ਼ਾਨ ਸਾਹਿਬ ਆਪਣੇ ਕਬਜ਼ੇ ਦੇ ਅੰਦਰ ਰੱਖਿਆ ਹੋਇਆ ਹੈ, ਨਿਸ਼ਾਨ ਹੀ ਵੇਚਤਾ ਸਰ, ਹਾਂ ਸਾਡਾ ਨਿਸ਼ਾਨ ਹੀ ਵੇਚਤਾ। ਅੱਛਾ, ਇਹ ਜਿਹੜਾ ਰਸਤਾ ਤੁਸੀਂ ਇੱਧਰੋਂ ਮੰਗ ਕਰ ਰਹੇ ਹੋ ਵੀ ਰਸਤਾ ਇੱਧਰੋਂ ਸਿੱਧਾ ਬਣਾਇਆ ਜਾਵੇ? ਹਾਂਜੀ, ਜਿੰਨੀ ਵੀ ਦੇਖੋ ਇਸ ਨਿਸ਼ਾਨ ਸਾਹਿਬ ਦੀ ਨੌ ਜਗ੍ਹਾ ਬੋਲਦੀ ਹੈਗੀ ਆ, ਚਾਹੇ ਉਹ 8 ਕਿੱਲੇ ਬੋਲਦੀ ਹੈ, ਚਾਹੇ 8 ਕਨਾਲਾ ਬੋਲਦੀ ਹੈ, ਚਾਹੇ 8 ਮਰਲੇ ਬੋਲਦੀ ਆ, ਜਿੰਨੀ ਵੀ ਕਾਗਜ਼ਾਂ ਦੇ ਵਿੱਚ ਬੋਲਦੀ ਹੈਗੀ ਆ, ਉਹ ਜਗ੍ਹਾ ਦੀ ਪਰਮਿਸ਼ ਕਰਕੇ ਉਹਦੀ ਬਾਉਂਡਰੀ ਕਰਕੇ ਇਹ ਨਿਸ਼ਾਨ ਸਾਹਿਬ ਦੇ ਉਹ ਜਗ੍ਹਾ ਨੌ ਲਾ ਕੇ ਅਤੇ ਸਿੱਖ ਕੌਮ ਦੇ ਹਵਾਲੇ ਕੀਤੀ ਜਾਵੇ ਜੀ। ਤੋ ਇਹ ਪਿਛਲੇ ਦਿਨਾਂ ਹੀ ਆਪਣਾ ਭਾਈ ਅੰਮ੍ਰਿਤਪਾਲ ਨੂੰ ਪਕੜ ਪਕੜੀ ਹੋਈ ਹੈਗੀ ਆ, ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਹ ਸਰਕਾਰੀ ਖਾਲਸਾ ਦਾ ਪੁਰਾਣਾ ਨਿਸ਼ਾਨ ਲੋਕਾਂ ਨੂੰ ਦਿਖਾਇਆ ਕਿ ਇਹ ਭਾਈ ਅੰਮ੍ਰਿਤਪਾਲ ਕੋਲ ਤੇ ਖਾਲਿਸਤਾਨ ਦਾ ਨਿਸ਼ਾਨ ਆ, ਇਹ ਝੰਡਾ ਖਾਲਿਸਤਾਨ ਦਾ ਝੰਡਾ ਬਣਾਇਆ ਉਹਨੇ ਉਹਨੇ ਭਾਈ ਅੰਮ੍ਰਿਤਪਾਲ ਨੇ, ਇਹ ਸਰਕਾਰੀ ਖਾਲਸਾ ਦਾ ਨਿਸ਼ਾਨ ਤਾ ਜੀ। ਉਹ ਦੇਖੋ ਅੱਜ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਨੌਕਰੀਆਂ ਤੇ ਬੰਦੇ ਲੱਗੇ ਹੋਏ ਆ, ਉਹਨਾਂ ਨੂੰ ਪੁਰਾਣੇ ਇਤਿਹਾਸ ਬਾਰੇ ਨੀ ਪਤਾ ਹੈਗਾ ਵੀ ਸਾਡਾ ਕੀ ਇਤਿਹਾਸ ਤਾ, ਸਾਡੇ ਰਾਜਿਆਂ ਦਾ ਕੀ ਇਤਿਹਾਸ ਤਾ, ਤੇ ਅਸੀਂ ਕਿੰਨਾ ਰਾਜ ਕੀਤਾ, ਅਸੀਂ ਸਾਡਾ ਨਿਸ਼ਾਨ ਕਿਹੜਾ ਤਾ ਸਾਡਾ। ਇਹੀ ਨਿਸ਼ਾਨ ਸਾਹਿਬ ਤਾਂ ਜਿਹੜਾ ਅੱਜ ਰੋਪੜ ਦੇ ਵਿੱਚ ਲੱਗਿਆ ਹੋਇਆ ਸਰਕਾਰੀ ਖਾਲਸਾ ਦਾ, 8 ਵਾਰਾਂ ਇਹੀ ਨਿਸ਼ਾਨ ਦੇ ਝੰਡੇ ਥੱਲੇ ਇਹੀ ਦਿੱਲੀ ਜਿੱਤ ਕੇ ਉਹੀ ਹਿੰਦੂਆਂ ਨੂੰ ਸੌਂਪਤੀ, ਅੱਜ ਉਹੀ ਲੋਕ ਇਹਨੂੰ ਖਾਲਿਸਤਾਨ ਦਾ ਨਿਸ਼ਾਨ ਕਹਿੰਦੇ ਆ ਜੀ। ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਇਹਨੂੰ ਖਾਲਸਾ, ਇਹ ਖਾਲਸਾ ਰਾਜ ਦਾ ਨਿਸ਼ਾਨ ਆ, ਇਹ ਨਾ ਕਿ ਖਾਲਿਸਤਾਨ ਦਾ ਨਿਸ਼ਾਨ ਆ, ਉਹ ਇਸ ਸੂਰਵੀਰ ਯੋਧੇ ਦਾ ਨਿਸ਼ਾਨ ਹੈਗਾ ਹੈ। ਜਿਹੜੀ ਫੌਜ ਚੜ ਕੇ ਆਉਂਦੀ ਸੀ ਦਿੱਲੀ ਨੂੰ, ਫੌਜ ਜਾਂਦੀ ਸੀ ਉਹ ਦਿੱਲੀ ਨੂੰ ਮੂੰਹ ਤੋੜ, ਉਹ ਉਹਨਾਂ ਮੁਗਲਾਂ ਨੂੰ ਮੂੰਹ ਤੋੜ ਵੀ ਟੱਕਰ ਦਿੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ, ਇਹੀ ਨਿਸ਼ਾਨ ਦੇ ਗੱਲ। ਉਹੀ ਜਰਨੈਲ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ, ਜਿਹੜੇ ਕਿ ਪੂਰੇ ਹਿੰਦੁਸਤਾਨ ਨੂੰ ਬਚਾਉਂਦੇ ਸੀਗੇ ਮੁਗਲਾਂ ਤੋਂ, ਘੇਰਨ ਤੋਂ। ਮੁਗਲਾਂ ਦੀਆਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਉਹਨਾਂ ਨੇ, ਟਕੇ ਟਕੇ ਤੇ ਵੇਚਦੇ ਸੀਗੇ, ਸਾਡਾ ਸਾਰਾ ਕੁਛ ਲੁੱਟ ਕੇ ਲੈ ਗਏ। ਉਹ ਲੜਦੇ ਰਹੇ, ਮਰਦੇ ਰਹੇ ਇਸ ਧਰਤੀ ਇਸ ਜ਼ਮੀਨ ਪਿੱਛੇ ਉਹ, ਤੇ ਅੱਜ ਉਹਨਾਂ ਦੇ ਨਿਸ਼ਾਨ ਨੂੰ ਇਹ ਖਾਲਿਸਤਾਨੀ ਨਿਸ਼ਾਨ ਕਹਿੰਦੇ ਆ।
ਇੱਕ ਖੜਕੂ ਲਹਿਰ ਦਾ ਨਿਸ਼ਾਨ ਕਹਿੰਦੇ ਆ ਉਹਨੂੰ। ਇਸ ਨਿਸ਼ਾਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਦਾ ਨਿਸ਼ਾਨ ਹੈਗਾ ਹੈ ਉਹਨਾਂ ਦੇ, ਪਰ ਇਹ ਪੰਜਾਬ ਸਰਕਾਰ ਵੱਲ ਤੇ ਵੀ ਤੇ ਸ਼੍ਰੋਮਣੀ ਕਮੇਟੀ ਵੱਲ ਤੋਂ ਵੀ ਉਹਨਾਂ ਵੱਲ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈਗੀ। ਜਿਹਨਾਂ ਨੇ ਇਹਨਾਂ ਨੂੰ ਖਾਲਿਸਤਾਨ ਦਾ ਨਿਸ਼ਾਨ ਕਿਹਾ ਹੈ, ਇਹ ਸਾਡੇ ਸਿੱਖਾਂ ਦਾ ਇਹ ਨਿਸ਼ਾਨ ਆ, ਇਹ ਮਹਾਰਾਜਾ ਰਣਜੀਤ ਸਿੰਘ ਦਾ ਉਹਨਾਂ ਦੀ ਨਿੱਘੀ ਯਾਦਗਾਰ ਦਾ ਨਿਸ਼ਾਨ ਸਾਹਿਬ ਅੱਜ ਲੱਗਿਆ ਹੋਇਆ ਆਸਰੋਂ ਦੇ ਰੋਪੜ ਦੇ ਨੇੜੇ। ਇਹਨੂੰ ਕਬਜ਼ਾ ਮੁਕਤ ਸਾਰੇ ਅਸੀਂ ਰਲ ਕੇ ਕਰਾਉਣ ਦੀ ਕੋਸ਼ਿਸ਼ ਕਰੀਏ। ਕੋਈ ਕੋਸ਼ਿਸ਼ ਕਰੋਗੇ ਕੰਪਨੀ ਦੇ ਖਿਲਾਫ਼ ਕੋਈ ਕਾਰਵਾਈ ਕਰੋਗੇ ਜਿਹੜੀ ਇੱਦਾਂ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਤੁਸੀਂ ਦੱਸਿਆ ਵੀ ਅੜਤਾਪੂਰਨ ਨਿਸ਼ਾਨ ਸਾਹਿਬ ਜੀ ਨੂੰ ਪੇਸ਼ ਕੀਤਾ? ਹਾਂਜੀ, ਅਸੀਂ ਹੁਣ ਜੂਨ ਦੇ ਮਹੀਨੇ ਤੋਂ ਪਹਿਲਾਂ ਅਸੀਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਜੀ ਉਰੇ, ਜਥੇਬੰਦੀਆਂ ਇਕੱਠੀਆਂ ਹੋ ਕੇ ਅਸੀਂ ਰੋਪੜ ਡਿਵੀਜ਼ਨ ਵੀ ਮੰਗ ਪੱਤਰ ਦੇਵਾਂਗੇ ਅਤੇ ਨਵੇਂ ਸ਼ਹਿਰ ਤੋਂ ਡਿਵੀਜ਼ਨ ਵੀ ਮੰਗ ਪੱਤਰ ਦੇਵਾਂਗੇ। ਅਗਰ ਇਹਨਾਂ ਨੇ ਕੁਛ ਕਰਿਆ ਤਾਂ ਠੀਕ ਆ, ਨਹੀਂ ਤਾਂ ਸਿੱਖ ਸੰਗਤਾਂ ਸੰਘਰਸ਼ ਕਰੂੰਗੀਆਂ ਜੀ ਜਗ੍ਹਾ ਨੂੰ ਬਚਾਉਣ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ਼ਨ ਭੁਪਿੰਦਰ ਸਿੰਘ ਜੀ, ਜੋ ਕਿਰਤੀ ਕਿਸਾਨ ਮੋਰਚੇ ਦੇ ਵਿੱਚ ਸਰਗਰਮ ਨੇ, ਇਸ ਇਲਾਕੇ ਦੇ ਵਿੱਚ ਇਤਿਹਾਸਕ ਥਾਵਾਂ ਨੂੰ ਸਾਂਭਣ ਦੀ ਵੀ ਗੱਲ ਕਰਦੇ ਆ। ਅੱਜ ਦੀ ਵੀਡੀਓ 'ਚ ਅਸੀਂ ਤੁਸੀਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਜੁੜੀ ਹੋਈ ਇਹ ਇਤਿਹਾਸਕ ਨਿਸ਼ਾਨੀ ਇੱਥੇ ਬਚੀ ਹੋਈ ਆ। ਬਹੁਤ ਸਾਰੇ ਸਵਾਲ ਇਹਦੇ ਨਾਲ ਜੁੜੇ ਹੋਏ ਆ ਕਿ ਰਸਤਾ ਨਹੀਂ ਹੈ, ਕੰਪਨੀ ਨੇ ਰਸਤੇ 'ਤੇ ਕਬਜ਼ਾ ਕੀਤਾ ਹੋਇਆ, ਅਤੇ ਇਹ ਨਿਸ਼ਾਨ ਸਾਹਿਬ ਜਿਹੜਾ ਪਿੱਛੇ ਲੱਗਿਆ ਹੋਇਆ ਇਹ ਅੱਠ ਧਾਤੂਆਂ ਦਾ ਬਣਿਆ ਹੋਇਆ ਸੀ, ਉਹਨੂੰ ਵੀ ਕੰਪਨੀ ਵੱਲੋਂ ਵੇਚ ਦਿੱਤਾ ਗਿਆ ਜਿਹਦੀ ਕੀਮਤ ਕਰੋੜਾਂ ਰੁਪਏ ਸੀ। ਸੋ ਇਹ ਸਾਰੇ ਸਵਾਲ ਨੇ, ਜਵਾਬ ਦੀ ਉਡੀਕ ਕਰਾਂਗੇ ਸਰਕਾਰ ਤੋਂ ਵੀ ਅਤੇ ਉਹਨਾਂ ਸਿੱਖ ਆਗੂਆਂ ਤੋਂ ਵੀ ਜਿਹੜੇ ਸਿੱਖੀ ਦੇ ਨਾਮ 'ਤੇ ਸਿਆਸਤ ਕਰਦੇ ਆ। ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕਰਾਂਗੇ ਕਿ ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਮ 'ਤੇ ਰਾਜ ਚਲਾ ਰਹੇ ਆ, ਕਿ ਮਹਾਰਾਜਾ ਰਣਜੀਤ ਸਿੰਘ ਦੀ ਬਚੀ ਹੋਈ ਇਸ ਨਿਸ਼ਾਨੀ ਨੂੰ ਸਾਂਭਣ ਲਈ ਅੱਗੇ ਆਉਣਗੇ। ਜੁੜੇ ਰਹੋ ਰੇਡੀਓ ਸਪਾਈਸ ਦੇ ਨਾਲ, ਮੈਂ ਕਰਮ ਸਿੱਖਾ ਕੈਮਰਾਮੈਨ ਰਾਹੁਲ ਦੇ ਨਾਲ, ਜਲਦ ਹੀ ਮਿਲਾਂਗੇ ਕਿਸੇ ਹੋਰ ਇਤਿਹਾਸਕ ਵੀਡੀਓ ਦੇ ਨਾਲ।